son of Manjeet Singh. ਇਹਦੇ ਚ ਖਾਸ ਇਹ ਆ ਕਿ ਇਦਾਂ ਦਾ ਸਬਜੈਕਟ ਤੇ ਮੈਂ ਤਾਂ ਪਹਿਲਾਂ ਐਜ਼ ਐਨ ਐਕਟਰ ਕੰਮ ਨਹੀਂ ਕੀਤਾ ਔਰ ਮੈਨੂੰ ਪੂਰਾ ਯਕੀਨ ਹੈ ਐਜ਼ ਅ ਆਡੀਅੰਸ ਵੀ ਕਿ ਮੈਂ ਇਦਾਂ ਦੀ ਕੋਈ ਫਿਲਮ ਦੇਖੀ ਨਹੀਂ ਹੈ ਸਟੋਰੀ ਤੇ ਬੇਸਡ ਬਣੀ ਹੋਈ ਕਿਉਂਕਿ ਇਹ ਫਿਲਮ ਜਿਹੜੀ ਹੈ ਪਿਓ ਪੁੱਤ ਦੀ ਕਹਾਣੀ ਆ ਔਰ ਨਾਲ ਬਹੁਤ ਸਾਰੇ ਐਸਪੈਕਟਸ ਜਿਹੜੇ ਨੇ ਉਹ ਟੱਚ ਹੋ ਰਹੇ ਨੇ ਜਿੱਦਾਂ ਮੈਂ ਡਾਂਸਰ ਪਲੇ ਕਰ ਰਹੀ ਹਾਂ ਤੋ ਸੋਸਾਇਟੀ ਡਾਂਸਰ ਨੂੰ ਕਿੱਦਾਂ ਲੈਂਦੀ ਹੈ ਕਿੰਨੀ ਕੁ ਰਿਸਪੈਕਟ ਇਹ ਚੱਲੇਗਾ ਕਿੰਨੀ ਕੁ ਰਿਸਪੈਕਟ ਦਿੰਦੀ ਹੈ ਡਾਂਸਰ ਨੂੰ ਸੋ ਇੱਦਾਂ ਦੀਆਂ ਚੀਜ਼ਾਂ ਵੀ ਟੱਚ ਕੀਤੀਆਂ ਗਈਆਂ ਫਿਲਮ ਦੇ ਵਿੱਚ ਫਿਲਮ ਦਾ ਸਬਜੈਕਟ ਹੀ ਇੰਨਾ ਘੈਂਟ ਹੈਗਾ ਐਂਡ ਹਰ ਬੰਦਾ ਆਪਣਾ ਪੂਰਾ 100% ਦੇ ਰਿਹਾ ਕਿਉਂਕਿ ਉਹ ਚਾਹੁੰਦੇ ਨੇ ਕਿ ਇਹ ਫਿਲਮ ਆਵੇ ਲੋਕਾਂ ਦੇ ਸਾਹਮਣੇ ਕਿਉਂਕਿ ਇਹ ਸਿਰਫ ਮੈਸੇਜ ਹੀ ਨਹੀਂ ਦੇਗੀ ਬਲਕਿ ਆਈ ਥਿੰਕ ਇਨਕਰੇਜ ਵੀ ਕਰੇਗੀ ਇੱਕ ਸਟੈਪ ਲੈਣ ਵਾਸਤੇ ਚਾਹੇ ਉਹ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਉਹ ਫਾਦਰ ਕਿਉਂ ਨਾ ਹੋਵੇ ਕਿਉਂਕਿ ਜਿੱਦਾਂ ਫਾਦਰ ਦਾ ਦੱਸਿਆ ਗਿਆ ਇਸ ਫਿਲਮ ਦੇ ਵਿੱਚ ਕਿ ਆਪਣੇ ਬੱਚੇ ਨੂੰ ਕਿੱਦਾਂ ਉਹ ਡ੍ਰੀਮਸ ਨੂੰ ਛੱਡ ਕੇ ਅਤੇ ਆਪਣੇ ਐਜੂਕੇਸ਼ਨ ਨੂੰ ਕਿੱਦਾਂ ਮਹੱਤਤਾ ਦਿੱਤੀ ਗਈ ਆ ਫਾਦਰ ਇਹ ਸਮਝਦੇ ਨੇ ਕਿ ਐਜੂਕੇਸ਼ਨ ਇਜ਼ ਰੀਅਲੀ ਇੰਪੋਰਟੈਂਟ ਵਿਚ ਇਜ਼ ਐਜੂਕੇਸ਼ਨ ਬਹੁਤ ਇੰਪੋਰਟੈਂਟ ਆ ਬਟ ਆਈ ਥਿੰਕ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਐਜ਼ ਐਨ ਐਕਟਰ ਮੇਰੇ ਲਈ ਤਾਂ ਈਜ਼ੀ ਸੀ ਕਿਉਂਕਿ ਮੈਨੂੰ ਸਕ੍ਰਿਪਟ ਦਿੱਤੀ ਗਈ ਸੀ ਮੈਂ ਤਾਂ ਸਿਰਫ ਆਸਟ੍ਰੇਲੀਆ ਤੋਂ ਇੱਥੇ ਆ ਕੇ ਪਰਫੋਰਮ ਕੀਤਾ ਬਟ ਬਹੁਤ ਕੁਛ ਸਾਰੀ ਟੀਮ ਲੱਗੀ ਹੁੰਦੀ ਹੈ ਸਾਰੀ ਟੀਮ ਦਾ ਖੂਨ ਪਸੀਨਾ ਲੱਗਾ ਹੁੰਦਾ ਐਂਡ ਆਈ ਐਮ ਸ਼ੋਰ ਕਿ ਇਹ ਜਿਹੜੀ ਮਿਹਨਤ ਉਹਨਾਂ ਦੀ ਰੰਗ ਲਿਆਏਗੀ 12 ਅਕਤੂਬਰ ਨੂੰ ਇਹ ਸਬਜੈਕਟ ਹੀ ਇਹੋ ਜਿਹਾ ਜਿਹੜਾ ਮੇਰੇ ਪਰਸਨਲੀ ਆਈ ਫੀਲ ਕਿ ਮੇਰੇ ਦਿਲ ਦੇ ਬਹੁਤ ਕਰੀਬ ਆ ਔਰ ਮੈਨੂੰ ਜੀਆ ਵੀ ਆ ਜਿੰਨੀ ਵਾਰੀ ਮੈਂ ਟ੍ਰੇਲਰ ਦੇਖਿਆ ਮੈਂ 4 ਵਾਰੀ ਟ੍ਰੇਲਰ ਦੇਖਿਆ ਮੈਂ ਅੱਗੇ ਡਾਇਰੈਕਟਰ ਸਾਹਿਬ ਨੂੰ ਕਹਿ ਰਹੀ ਸੀ ਵਿਕਰਮ ਜੀ ਨੂੰ ਕਿ ਮੈਂ 4 ਵਾਰੀ ਮੇਰੀ ਅੱਖਾਂ 'ਚ ਪਾਣੀ ਆਇਆ ਕਿਤੇ ਨਾ ਕਿਤੇ ਉਸ ਕੈਰੈਕਟਰ ਦੇ ਇਹੋ ਜਿਹੇ ਸ਼ੇਡ ਸੀ ਔਰ ਫਾਦਰ ਦੇ ਜਿਹੜੇ ਘੁੱਗੀ ਜੀ ਨੇ ਪਲੇ ਕੀਤੇ ਇਹੋ ਜਿਹੇ ਸ਼ੇਡ ਸੀ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਮੇਰੇ ਪਾਪਾ ਮੇਰੇ ਨਾਲ ਗੱਲ ਕਰ ਰਿਹਾ ਤੋ ਮੇਰੀਆਂ ਅੱਖਾਂ ਉਦੋਂ ਨਮ ਹੋ ਗਈਆਂ ਮੇਰਾ ਰੀਜ਼ਨ ਇਹ ਫਿਲਮ ਕਰਨ ਦਾ ਯੂਜਲੀ ਕੀ ਹੁੰਦਾ ਕਿ ਜਦੋਂ ਤੁਹਾਨੂੰ ਕੈਰੈਕਟਰ ਆਫਰ ਹੁੰਦਾ ਤੁਹਾਨੂੰ ਫਿਲਮ ਆਫਰ ਹੁੰਦੀ ਤਾਂ ਤੁਸੀਂ ਦੇਖਦੇ ਹੋ ਤੁਹਾਡਾ ਰੋਲ ਕਿਹੋ ਜਿਹਾ ਤੁਸੀਂ ਮੇਨ ਲੀਡ 'ਚੋ ਪਾਵਰਫੁਲ ਰੋਲ ਆ ਪਰ ਮੈਂ ਇਹਦੇ 'ਚ ਇਹ ਚੀਜ਼ ਨੂੰ ਨਜ਼ਰਅੰਦਾਜ਼ ਕਰਕੇ ਜਿਹੜੀ ਫਿਲਮ ਦੀ ਸਟੋਰੀ ਉਹਨੂੰ ਮੁੱਦੇ ਨਜ਼ਰ ਰੱਖ ਕੇ ਫੈਸਲਾ ਕੀਤਾ ਕਿ ਮੈਂ ਇਹ ਫਿਲਮ ਕਰਨੀ ਆ ਉਸ ਟਾਈਮ 'ਤੇ ਮੈਂ ਆਸਟ੍ਰੇਲੀਆ ਸੀ ਜਦੋਂ ਮੈਨੂੰ ਵਿਕਰਮ ਜੀ ਦਾ ਕਾਲ ਆਇਆ ਅਤੇ ਇਹ ਸਟੋਰੀ ਜਿਹੜੀ ਹੈਗੀ ਆ ਇਹ ਮੈਂ ਮੇਰੇ ਦਿਲ ਦੇ ਬਹੁਤ ਕਰੀਬ ਆ ਮੈਂ ਹਰ ਇੱਕ ਜਿਹੜਾ ਐਸਪੈਕਟ ਇਹਦੇ ਵਿੱਚ ਦਿਖਾਇਆ ਗਿਆ ਬੱਚੇ ਦਾ ਫਾਦਰ ਦੇ ਨਾਲ ਪੜ੍ਹਾਈ ਨੂੰ ਲੈ ਕੇ ਉਹਨੂੰ ਮੈਂ ਖੁਦ ਹੰਢਾਇਆ ਹੋਇਆ ਤੋ ਤੁਸੀਂ ਯਕੀਨ ਮੰਨੋ ਕਿ ਮੈਂ ਜੇ ਹੁਣ ਅੱਜ ਵੀ ਇੱਥੇ ਬੈਠੀ ਹਾਂ ਨਾ ਅਤੇ ਮੈਂ ਮਤਲਬ ਘਰੋਂ ਮੈਂ ਆਸਟ੍ਰੇਲੀਆ ਮੈਨੂੰ ਇਹ ਆਪਸ਼ਨ ਸੀ ਕਿ ਮੈਂ ਆਪਣਾ ਪੜ੍ਹਾਈ ਹੋਰ ਫਰਦਰ ਕਰਕੇ ਜੋਬ ਲੈ ਕੇ ਜਿਹੜਾ ਕਿ ਹਰ ਪੇਰੈਂਟ ਦੀ ਇੱਛਾ ਹੁੰਦੀ ਕਿ ਬੱਚੇ ਦੀ ਸਟੇਬਲ ਇਨਕਮ ਹੋਵੇ ਜ਼ਿਆਦਾਤਰ ਆਪਾਂ ਤਾਂ ਹੀ ਆਪਣੇ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਦੇ ਹਾਂ ਨਾ ਪੜ੍ਹਨ 'ਤੇ ਕਿ ਅੱਛਾ ਪੜ੍ਹੇਗਾ ਅੱਛੀ ਜੋਬ ਮਿਲੇਗੀ ਔਰ ਕੱਲ੍ਹ ਨੂੰ ਇਹ ਸਟੇਬਲ ਰਹੇਗਾ ਬਟ ਉਹ ਚੀਜ਼ ਨੂੰ ਮਤਲਬ ਮੈਂ ਸਾਈਡ 'ਤੇ ਰੱਖ ਕੇ ਮੈਂ ਆਪਣੇ ਪੇਰੈਂਟਸ ਨੂੰ ਇਹ ਕਿਹਾ ਕਿ ਮੈਂ ਆਪਣਾ ਪੈਸ਼ਨ ਫੋਲੋ ਕਰਨਾ ਔਰ ਨੈਚੁਰਲੀ ਪੇਰੈਂਟਸ ਨੂੰ ਇਹ ਹੁੰਦਾ ਕਿ ਅਗਰ ਪੈਸ਼ਨ ਫੋਲੋ ਕਰ ਰਹੇ ਉਹਦੇ 'ਚ ਵੀ ਉਹਦਾ ਕੁਛ ਬਣਦਾ ਹੋਵੇ ਕੁਛ ਦਿਖਦਾ ਹੋਵੇ ਕਿਉਂਕਿ ਜਿਹੜੀ ਐਕਟਿੰਗ ਲਾਈਨ ਹੈ ਇਹਦੇ 'ਚ ਆਪਣਾ ਜਿਹੜਾ ਇਮੇਜ ਬਣਿਆ ਹੋਇਆ ਉਹ ਇਹੋ ਜਿਹਾ ਹੀ ਆ ਬਟ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੇ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਪ੍ਰੋਗਰਾਮਿੰਗ ਕੀਤੀ ਜਾਂਦੀ ਆ ਆਪਣੀ ਬੇਸਿਕਲੀ ਛੋਟੇ ਹੁੰਦਿਆਂ ਤੋਂ ਕਿ ਇੱਕ ਸਕ੍ਰਿਪਟ ਦਿੱਤੀ ਜਾਂਦੀ ਆ ਪੜ੍ਹੋ ਲਿਖੋ ਕਮਾਓ ਫਿਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਫਿਰ ਬੱਚੇ ਹੋ ਜਾਂਦੇ ਆ ਫਿਰ ਇੱਦਾਂ ਕਰਦੇ ਕਰਦੇ ਬੰਦਾ ਖਤਮ ਹੋ ਜਾਂਦਾ ਆ ਅਤੇ ਜਿਹੜਾ ਆਪਣਾ ਇਨਰ ਟੈਲੈਂਟ ਆ ਜਿਹੜਾ ਆਪਣਾ ਇੱਕ ਇਨਰ ਵੋਇਸ ਵੀ ਤੁਹਾਨੂੰ ਹਰ ਇੱਕ ਬੰਦੇ ਦਾ ਕੋਈ ਪਰਪਸ ਆ ਇੱਥੇ ਆਉਣ ਦਾ ਆਈ ਐਮ ਸ਼ੋਰ ਐਜੂਕੇਸ਼ਨ ਬਹੁਤ ਇੰਪੋਰਟੈਂਟ ਆ ਮੈਂ ਇਹ ਗੱਲ ਬਿਲਕੁਲ ਨਹੀਂ ਕਹਿ ਰਹੀ ਕਿ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ ਜਾਂ ਤੁਸੀਂ ਸਿਰਫ ਆਪਣੇ ਪੈਸ਼ਨ ਨੂੰ ਫੋਲੋ ਕਰੋ ਆਪਣੇ ਆਪ ਨੂੰ ਗਰੂਮ ਕਰਨ ਲਈ ਐਜੂਕੇਸ਼ਨ ਇਜ਼ ਮਸਟ ਬਟ ਐਟ ਦ ਸੇਮ ਟਾਈਮ ਜਿਹੜੇ ਆਪਣੇ ਇਨਰ ਟੈਲੈਂਟ ਆ ਆਪਣਾ ਟੈਲੈਂਟ ਜਿਹਦੇ ਵਾਸਤੇ ਰੱਬ ਨੇ ਆਪਾਂ ਨੂੰ ਬਣਾਇਆ ਕਿਉਂਕਿ ਹਰ ਬੰਦਾ ਡਿਫਰੈਂਟ ਆ ਸ਼ਕਲਾਂ ਵੀ ਡਿਫਰੈਂਟ ਆ ਫਿੰਗਰ ਟੇ ਪ੍ਰਿੰਟਸ ਦੇਖੋ ਉਹ ਵੀ ਡਿਫਰੈਂਟ ਆ ਹਰ ਬੰਦਾ ਯੂਨੀਕ ਆ ਸੋ ਇਸ ਸਟੋਰੀ ਨਾਲ ਮੈਂ ਤਾਂ ਰਿਲੇਟ ਕਰ ਪਈ ਹਾਂ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਕਹਿੰਦੇ ਆ ਕਿ ਮੈਂ ਇਸ ਫਿਲਮ ਦਾ ਹਿੱਸਾ ਮੈਨੂੰ ਵਿਕਰਮ ਜੀ ਤੁਸੀਂ ਬੁਲਾਇਆ ਇਹਦੇ ਵਿੱਚ ਰੋਲ ਦਿੱਤਾ ਥੈਂਕ ਯੂ ਕਪਿਲ ਜੀ ਐਂਡ ਘੁੱਗੀ ਜੀ ਵਿਕਰਮ ਨੂੰ ਮੈਂ ਹੀ ਕਿਹਾ ਅੱਛਾ ਨਹੀਂ ਮੈਂ ਤੁਹਾਡੀ ਪਹਿਲਾਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਲਵਾਂ ਉਹਨੇ 5 ਵਾਰ ਸੋਚਿਆ ਕਿ ਲੈ ਲਓ ਮੈਂ ਸੋਚਿਆ ਤਾਂ ਕਿ ਮਹਿੰਗੇ ਆਟੇ ਦਾ ਖਾਣਗੇ ਤਾਂ ਘੁੱਗੀ ਜੀ ਦੇ ਨਾਲ ਕੰਮ ਕਰਕੇ ਮੈਨੂੰ ਪਹਿਲਾਂ ਵੀ ਪੁੱਛਿਆ ਗਿਆ ਸੀਗਾ ਕਿ ਜਦੋਂ ਇੰਨੇ ਵਧੀਆ ਐਕਟਰਸ ਤੁਹਾਡੇ ਸਾਹਮਣੇ ਖੜੇ ਹੋਣ ਤਾਂ ਕੀ ਤੁਹਾਡੇ ਦਿਮਾਗ ਤੇ ਪ੍ਰੈਸ਼ਰ ਹੁੰਦਾ ਹੈ ਮੈਂ ਕਹਿੰਦੀ ਹਾਂ ਪ੍ਰੈਸ਼ਰ ਦੀ ਜਗ੍ਹਾ ਤੇ ਤੁਸੀਂ ਚੈਲੰਜਡ ਹੁੰਦੇ ਹੋ ਔਰ ਤੁਸੀਂ ਮਾਣ ਮਹਿਸੂਸ ਕਰਦੇ ਹੋ ਕਿ ਤੁਸੀਂ ਇੰਨੇ ਵੱਡੇ ਐਕਟਰ ਦੇ ਸਾਹਮਣੇ ਖੜ ਕੇ ਐਕਟਿੰਗ ਕਰ ਰਹੇ ਹੋ ਸੀਨੀਅਰ ਹੈਗੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੇਰੇ ਖਿਆਲ ਪਹਿਲੀ ਫਿਲਮ ਵੀ ਆਪਾਂ ਇਕੱਠੀ ਮਿੱਟੀ ਵਾਜਾ ਮਾਰਦੀ ਸੀਗੇ ਤੋ ਇਹ ਸਫ਼ਰ ਚੱਲਦੇ ਚੱਲਦੇ ਅਸੀਂ ਫਿਰ ਇਸ ਫਿਲਮ ਦੇ ਵਿੱਚ ਦੁਬਾਰਾ ਇਕੱਠੇ ਹੋਏ ਹਾਂ ਐਂਡ ਮੈਂ ਸਾਰਿਆਂ ਦਾ ਥੈਂਕਸ ਕਰਦੀ ਹਾਂ
ਥੈਂਕ ਯੂ ਮੇਰੀ ਸਾਰੀ ਟੀਮ ਨੂੰ, ਸਨ ਆਫ ਮਨਜੀਤ ਸਿੰਘ ਦੀ ਟੀਮ ਨੂੰ ਕਿ ਤੁਸੀਂ ਮੈਨੂੰ ਇਸ ਫਿਲਮ ਦਾ ਪਾਰਟ ਹੋਣ ਦਾ ਇਹ ਮੌਕਾ ਦਿੱਤਾ। ਆਈ ਹੋਪ ਸਾਰਿਆਂ ਨੂੰ ਇਹ ਫਿਲਮ ਪਸੰਦ ਆਏਗੀ ਜਿਹੜੀ ਕਿ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਥੈਂਕ ਯੂ। ਬਿਲਕੁਲ ਬਿਲਕੁਲ ਵਿਕਰਮ ਜੀ, ਨਾਓ